ਅਸਲਾਮ ਅਲੈਕਮ ਹਾਂਜੀ ਕੀ ਹਾਲ ਚਾਲ ਹੈ ਠੀਕ ਹੋ ਖਰੀਅਤ ਹੈ ਅੱਛਾ ਲਓ ਜੀ ਅਗਲੇ ਦਿਨ ਵੀ ਇੱਕ ਛੋਟੀ ਜੀ ਵੀਡੀਓ ਮੈਂ ਬਣਾਈ ਸੀ ਜਿਹੜਾ ਨਵਾਂ ਕਟਾ ਖੁੱਲੇ ਆਇਆ ਨੇ ਮੁਬਸ਼ਰ ਸਦੀਕ ਨੇ ਤੇ ਇਹ ਵੀ ਵੀਡੀਓ ਉਹਦੇ ਰਿਲੇਟਡ ਹੀ ਇੱਕ ਛੋਟੀ ਜੀ ਤੁਹਾਨੂੰ ਕੁ ਥੋੜੀਆਂ ਦੋ ਚਾਰ ਗੱਲਾਂ ਦੱਸਣੇ ਆ ਇੱਕ ਤਾਂ ਸਭ ਨਾਲ ਪਹਿਲੀ ਗੱਲ ਤੇ ਇਹ ਵੇਖ ਕੇ ਜਿਹੜਾ ਸਾਡੇ ਦੋਸਤ ਭਰਾ ਜਿਹੜੇ ਇਹ ਇਲਜ਼ਾਮ ਲਾਉਂਦੇ ਨੇ ਉਹ ਵੀ ਮਾੜੀ ਗੱਲ ਹੈ ਫੈਮਿਲੀ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਕਿ ਉਹਦੀ ਭੈਣ ਦਾ ਵੀ YouTube ਚੈਨਲ ਹੈ ਤੇ ਉਹਨੇ ਮਾਰਨ ਦੀ ਸਾਨੂੰ ਧਮਕੀ ਦਿੱਤੀ ਹੈ ਤੇ ਅਜਿਹੀਆਂ ਗੱਲਾਂ ਨਾ ਕਰੋ ਇਹ ਤੇ ਕਿਸੇ ਦਾ ਵੀ ਮੰਨਣ ਚ ਨਹੀਂ ਹੁੰਦੀ ਅਗਰ ਉਹਨਾਂ ਦੀ ਭੈਣ ਦਾ YouTube ਚੈਨਲ ਹੈ ਉਹ ਸ਼ਾਇਦ ਮੈਂ ਰਿਸਰਚ ਕੀਤੀ ਹੈ ਥੋੜੀ ਉਹਨਾਂ ਦਾ ਸਟਿਚਿੰਗ ਦਾ ਚੈਨਲ ਹੈ ਤੇ ਉਹ ਕੁੜੀ ਬੁਰੀ ਗੱਲ ਤੇ ਨਹੀਂ ਉਹ ਤੇ ਉਹਦੇ ਉੱਤੇ ਤਨਾ ਨਾ ਤੁਸੀਂ ਇਹ ਬਲੇਮ ਲਾਓ ਜਾਂ ਇਸ ਚੀਜ਼ ਉੱਤੇ ਕਰੋ ਕਿ ਤੁਸੀਂ ਜੋ ਕੁਝ ਹਾਂ ਉਹਨੇ ਜੋ ਕੁਝ ਕੀਤਾ ਉਹਦੇ ਨਾਲ ਉਸ ਚੀਜ਼ ਦੇ ਰਿਲੇਟਡ ਤੁਸੀਂ ਗੱਲ ਜ਼ਰੂਰ ਕਰੋ ਠੀਕ ਹੈ ਜੀ ਉਹਦੀ ਛਤਰੋਲ ਖੂਬ ਕਰੋ ਜਿੰਨੀ ਹੋ ਸਕਦੀ ਉਹ ਨਹੀਂ ਕਰੋ ਠੀਕ ਹੈ ਜੀ ਮੈਂ ਵੀ ਤੁਹਾਡੇ ਨਾਲ ਸ਼ਾਮਲ ਹੋ ਕੇ ਕਰਾਂਗਾ ਲੇਕਿਨ ਕਮਜ਼ ਕਮ ਇੰਜ ਦੀਆਂ ਗੱਲਾਂ ਜਿਹੜੀਆਂ ਨੇ ਇਹ ਮਾੜੀਆਂ ਨੇ ਕਿ ਭਾਈ ਉਹਦੀ ਭੈਣ ਦਾ ਵੀ YouTube ਚੈਨਲ ਹੈ ਤੇ ਉਹਨੇ ਇੰਜ ਕੀਤਾ ਤੇ ਉਹ ਉਹ ਘੁਆਉਂਦਾ ਸੀ ਇਹ ਹੈ ਉਹ ਹੈ ਤੇ ਇਹ ਚੀਜ਼ਾਂ ਮਾੜੀਆਂ ਨੇ ਮੈਂ ਕਿ ਤੁਹਾਨੂੰ ਕਤਲ ਕਰਵਾ ਛੜਾ ਦਾ ਇੱਕ ਦੋ ਭਾਈ ਦੀ ਵੀਡੀਓ ਮੈਂ ਵੇਖੀ ਹੈ ਕਿ ਉਹਨਾਂ ਉਹਦੇ ਤੋਂ تنਕੀਦ ਕੀਤੀ ہے ਇਹ ਚੀਜ਼ ਨਹੀਂ ਮੰਨਣ ਚਾਹੁੰਦੀ کم از کم ਇਹਦੇ ਤੂੰ ਪ੍ਰੇਸ਼ ਕਰੋ دوسری دوسری ਗੱਲ ਇਹ ਵੀ ਕਿ ਉਹਨੇ اگلے ਦਿਨ ਮੈਂ ਉਹਦੀ ਇੱਕ ਵੀਡੀਓ ਵੇਖੀ ਹੈ ਮੇਰੇ ਉਹ ਸਾਹਮਣੇ ਤੋ ਆਈ ਹੈ ਵੀਡੀਓ ਉਹਦੇ ਬਾਰੇ ਹੀ ਤਮ ਤੁਹਾਨੂੰ ਆਹਰ ਤੇ ਦੱਸਣਾ ਬੜੀ ਅਹਿਮ ਗੱਲ ਹੈ ਉਹ ਉਸ ਵੀਡੀਓ ਤੇ ریلیਟਡ ਵੀ ਦੂਜੀ ਯਾਰ ਸਭ ਨਾਲ ਮੈਂ ਆਪਣੇ ਜਿਹੜੇ ਜਿੰਨੇ ਵੀ ਯਾਰ ਦੋਸਤ ਜਿਹੜੇ ਤੁਸੀਂ ਇਹ ਕਲੇਮ ਕਰਦੇ ਹੋ ਕਿ ਉਹਨੇ ਸਾਡੇ ਨਾਲ ਅੱਛਾ ਬਿਹੇਵ ਨਹੀਂ ਕੀਤਾ ਉੱਥੇ ਆਪਣੇ ਪਿੰਡ ਵੀ ਜਾਂ ਇੱਥੇ ਬਾਹਰ ਯੂਕੇ ਵੀ ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਗਲਤੀ ਤੁਹਾਡੀ ਇਹ ਹੋਵੇ ਕਿ ਤੁਸੀਂ ਉੱਥੇ ਗਏ ਹੋ ਤੁਸੀਂ ਇਹ ਚੀਜ਼ ਨੂੰ ਮੰਨੋ ਤਸلیم ਕਰੋ ਕਿ ਜਿਹੜੇ ਉੱਥੇ ਉਹਦੇ ਪਿੰਡ ਜਾਂਦੇ ਰਹੇ ਨੇ ਉਹ ਕਾਦੇ ਵਾਸਤੇ ਜਾਂਦੇ ਰਹੇ ਨੇ ਉਹ ਸਿਰਫ ਇਸੇ ਵਾਸਤੇ ਜਾਂਦੇ ਰਹੇ ਨੇ ਕਿ ਅਸੀਂ ਇਹਦੇ ਨਾਲ ਖਲੋ ਕੇ ਵੀਡੀਓ ਬਣਾ ਗਏ ਜਾਂ ਇਹ ਸਾਡੇ ਚੈਨਲ ਦਾ ਲਿੰਕ ਜਿਹੜਾ ਉਹ ਆਪਣਾ ਸ਼ੇਅਰ ਕਰੇਗਾ ਜਾਂ ਦੱਸੇਗਾ ਤਾਂ ਸਾਡਾ ਚੈਨਲ ਪ੍ਰਮੋਟ ਹੋਵੇਗਾ ਸਭ ਤੋਂ ਪਹਿਲੀ ਤੇ ਗੱਲ ਇਹ ਹੋਵੇ ਕਿ ਤੁਸੀਂ ਇਸ ਚੀਜ਼ ਨੂੰ ਤਸلیم ਕਰੋ ਕਿ ਤੁਸੀਂ ਇਸ ਗੱਲ ਵਾਸਤੇ ਜਾਂਦੇ ਹੋ ਔਰ ਮੁਬਸ਼ਰ ਸਦੀਕ ਕੀ ਅੱਲਾਹ ਮਾਫੀ ਦੇ ਕੋ ਵਲੀ ਸੀ ਯਾਦ ਉੱਥੇ ਕੋ ਢੇਰੀਏ ਅੱਲਾ ਮਾਫੀ ਦੇ ਕਿ ਜਿੱਥੇ ਤੁਸੀਂ ਸਲਾਮ ਕਰਨ ਜਾਂਦੇ ਸੋ ਤੇ ਫਿਰ ਕੀ ਕਰਦੇ ਰਹੇ ਹੋ ਤੁਸੀਂ ਐਡਾ ਚੱਲ ਤੁਸਾਂ ਵੀ ਕਦਾਇਆ ਖੁਦਾ ਦੇ ਉਹ ਬੰਦੇ ਹੋ ਕੁਝ ਇੰਨਾ ਤੈ ਸੋਚੋ ਉਹ ਜਿਹੜੀ ਉਹਨੇ ਉੱਥੇ ਉਹ ਥੀਏਟਰ ਲਾਏ ਆ ਨਾ ਜਿਹੜੀ ਉਹ ਛੱਪਰ ਉਹਨੇ ਬਣਾਈ ਏ ਤੇ ਚੁੱਲ ਬਣਾਈ ਏ ਉਹਨੇ ਇੱਕ ਮਿੱਟੀ ਦੀ ਤੇ ਉਹ ਮਿੱਟੀ ਦਾ ਬਣਾ ਕੇ ਇੱਕ ਓਟਕੋਸ ਲਾਜਿਆ ਉਹਨੇ ਉਹ ਜਿੱਥੇ ਬਹਿ ਕੇ ਹੰਡੀਆਂ ਛੰਡੀਆਂ ਪਕਾਂਦਾ ਤੇ ਫਿਰ ਜਿਸ ਵੇਲੇ ਉੱਥੇ ਜਾਂਦੇ ਸਨ ਨਾ ਉੱਥੇ ਜਾ ਕੇ ਤੇ ਫੇਰਾਂ ਦੇ ਸਨ ਲਓ ਜੀ ਇਹ ਇਹ ਵੇਖੋ ਜੀ ਅਸੀਂ ਪਹੁੰਚ ਆਏ ਹਾਂ ਮੁਬਸ਼ਰ ﺻਦੀਕ ਦੇ ਪਿੰਡ ਪਹੁੰਚ ਆਏ ਹਾਂ ਮੁਬਸ਼ਰ ਭਾਈ ਜਿੱਥੇ ਬਣਾਉਂਦੇ ਨੇ ਉੱਥੇ ਅੱਲਾ ਮਾਫੀ ਦੇ ਕਿ ਮੁਬਸ਼ਰ ਭਾਈ ਨੇ ਉੱਥੇ ਢੇਰੀ ਬਣਾਈ ਜਾਂ ਉੱਥੇ ਨੌ ਗਜ਼ੇ ਦਬੇ ਨੇ ਜਿਹੜੇ ਮੁਬਸ਼ਰ ਸਾਹਿਬ ਬੱਡੀ ਪਾਕ ਹਸਤੀ ਨੇ ਜਿੱਥੇ ਤੁਸੀਂ ਜਾ ਕੇ ਏਡੇ ਕੋ ਖੁਸ਼ ਹੋ ਜਾਂਦੇ ਸੌ ਕਿ ਤੁਸੀਂ ਵਖਾਰੇ ਹੁੰਦੇ ਸੌ ਜੀ ਅਸੀਂ ਉੱਥੇ ਆਪણા ਹਾਂ ਜਿੱਥੇ ਮੁਬਸ਼ਰ ਭਾਈ ਹਾਂਡੀਆਂ ਪਕਾਉਂਦੇ ਨੇ ਮੁਬਸ਼ਰ ਭਾਈ ਛਣਕਣਾ ਕਰਦੇ ਨੇ ਹਾਂਡੀਆਂ ਮੁਬਸ਼ਰ ਭਾਈ ਪਕਾਉਂਦੇ ਨੇ ਤੁਸੀਂ ਆਪ ਹੀ ਉਹਨੂੰ ਚੁੱਕ ਚੁੱਕ ਕੇ ਕਿਸੇ ਥਾਂ ਖੜ੍ਹਾ ਹੈ ਹੁਣ ਆਪ ਹੀ ਰੋਂਦੇ ਚੀਕਦੇ ਹੋ ਤੇ ਇੰਜ ਨਾ ਕਰੋ ਉਹਨੂੰ ਪਹਿਲਾਂ ਹੁਣ ਜੇ ਕਰ ਬੈਠੇ ਹੋ ਤੇ ਹੁਣ ਕਮਜ਼ ਕਮ ਥੋੜਾ ਜਿਹਾ ਬਰਦਾਸ਼ਤ ਕਰੋ ਉਹ ਵੀ ਐਸ ਵੇਲੇ ਪਾਕਿਸਤਾਨ ਦਾ ਸੁਲੇਮਾਨ ਹਾਂ ਬਣੇ ਹੈ ਠੀਕ ਹੈ ਜੀ ਉਹ ਸਰਕਾਰ ਮਿਹਰੀ ਐਸ ਵੇਲੇ ਆਪਣੇ ਆਪ ਨੂੰ ਸੁਲੇਮਾਨ ਹਾਂ ਸਮਝਦਾ ਪਿਆ ਉਹ ਕੋ ਨਿਕਾ ਜਿਹਾ ਬੰਦਾ ਨਹੀਂ ਪਿਆ ਆਪਣੇ ਆਪ ਨੂੰ ਸਮਝਦਾ ਉਹ ਉਹ ਢੇਰ ਡਰਾਮੇਬਾਜ਼ ਟੱਬਰ ਹੈ ਸਾਰਾ ਮੈਂ ਤੇ ਉਹਨਾਂ ਦੀਆਂ ਫਿਰ ਆ ਵੀਡੀਓਜ਼ ਵੇਖੀਆਂ ਨੇ ਦੋ ਚਾਰ ਮੈਂ ਹਾਂ ਵੇਖੀਏ ਤੇ ਸਹੀ ਕਿ ਇਹ ਕੀ ਕਰਦੇ ਕੀ ਨੇ ਇਹਨਾਂ ਦਾ ਖਾਤਾ ਕਾ ਨਹੀਂ ਕੀਏ ਉਹ ਪਕਾਂਦਾ ਪਕਾ ਕੇ ਜੋ ਵੀ ਉਹ ਮਿਸਾਲੂਣਾ ਕੋਲਦਾ ਕਦੇ ਅਜ ਤਣੀ ਦੂਜੇ ਕਿਸੇ ਬੰਦੇ ਨੂੰ ਵੀ ਉਹਨੂੰ ਚਾਹੰਦਿਆਂ ਵੇਖਿਆ ਜੇ ਉਹ ਅੱਬਾ ਜੀ ਨੇ ਉਹਦੇ ਚਲੋ ਬਜ਼ੁਰਗ ਆਦਮੀ ਨੇ ਧਾੜੀ ਉਹਨਾਂ ਰੱਖੀ ਹੈ ਅੱਲਾ ਪਾਕ ਉਹਨਾਂ ਨੂੰ ਸਿਹਤ ਦੇ ਠੀਕ ਹੈ ਜੀ ਉਹਨਾਂ ਨੂੰ ਉਹ ਫੜਾਂਦਾ ਅੱਬਾ ਜੀ ਇਹ ਰੀ ਮੂੰਹ ਚ ਪਾਉਂਦੇ ਨੇ ਮੂੰਹ ਚ ਪਾ ਕੇ ਉਹ ਬੱਲੇ ਉਹ ਬਸ਼ਰ ਚਸ ਆ ਗਈ ਆ ਸ਼ਾਬਾਸ਼ ਸ਼ਾਬਾਸ਼ ਤੁਹਾਡੇ ਇਹ ਉਹਨਾਂ ਆਪਣਾ ਡਰਾਮਾ ਲਾਏ ਆ ਆਪਣਾ ਥੀਏਟਰ ਲਾਏ ਆ ਵੱਖਰਾ ਉਹ ਆਪਣਾ ਟੁਕਰ पे ਕਮਾਉਂਦੇ ਨੇ ਤੁਸੀਂ ਸਰਕਾਰ ਕੋਈ ਉਹ ਕਾੜੀ ਨੂੰ ਤੁਰਿਆ ਕੋ ਲੌਰੂ ਨੂੰ ਤੁਰਿਆ ਕੋ ਸਾਈਵਾਲ ਨੂੰ ਤੁਰਿਆ ਅਸੀਂ ਕਿੱਥੇ ਚੱਲੇ ਆ ਅਸੀਂ ਤੁਸੀਂ ਜਾਂਦੇ ਆਪਣੇ ਲਾਲਚ ਨੂੰ ਦੇ ਹੋ ਇਹ ਚੀਜ਼ ਮੰਨੋ ਠੀਕ ਹੈ ਇਹਦੇ ਚ ਤੁਹਾਡੇ ਜਾਣ ਵਿੱਚ ਉਹਦਾ ਕੋਈ ਕਸੂਰ ਨਹੀਂ ਉਹਨੇ ਕੋ ਤੁਹਾਨੂੰ ਹੱਥ ਨਹੀਂ ਸੀ ਪਾਇਆ ਲੇਕਿਨ ਉਹ ਅਗੂ ਉਹਨੇ ਕਾ ਨਹੀਂ ਪਾਇਆ ਤੁਹਾਨੂੰ ਸਾਰਿਆਂ ਜਿੰਨੇ ਵੀ ਜੀ ਤੁਸੀਂ ਗਏ ਹੋ ਉਹਨੇ ਹਲਾਏ ਉਹਨੇ ਮਾੜਾ ਕੀਤਾ ਉਹਨੇ ਇਨਸਲਟ ਕੀਤੀ ਇਹ ਲੋਕਾਂ ਦੀ ਇਸ ਚੀਜ਼ ਵਿੱਚ ਕਿ ਜਿਹੜਾ ਬੰਦਾ ਟੁਰ ਕੇ ਉਹਦੇ ਕੋਲ ਜਾਣਾ ਚਾਹੀਦਾ ਸੀ ਉਹਨੂੰ ਘੱਟੋ ਘੱਟ ਉਹਨੂੰ ਮਿਲਣਾ ਚਾਹੀਦਾ ਸੀ ਉਹਦਾ ਕੀ ਜਾਣਾ ਸੀ ਲਿਕਨ ਉਹ ਭਾਈ ਐਸਾ ਸੁਲਮਾਨ ਹਮ ਬਣਿਆ ਪਾਕਿਸਤਾਨ ਦਾ ਠੀਕ ਹੈ ਉਹ ਕੋ ਨਿੱਕੀ ਜੀ ਹਸਤੀ ਨਹੀਂ ਬਣਿਆ ਹੁਣ ਐਸ ਵੇਲੇ ਉਹਨੂੰ ਇਸ ਥਾਂ ਤੇ ਪਛਾਣਨ ਵਾਲੇ ਵੀ ਤੁਸੀਂ ਹੋ ਉਸੋਂ ਥੀਏਟਰ ਤੋਂ ਉੱਠ ਕੇ ਉਹ ਜਿਹੜੀ ਉਹ ਚੁੱਲ ਪ੍ਰਾਤ ਤਰੀ ਉਹਨੇ ਜਿੱਥੇ ਉਹ ਮਿੱਟੀ ਦਾ ਬਣਾ ਕੇ ਕੋ ਟਕੋਸਲਾ ਜਹਾ ਬਣਾਇਆ ਸੁਪੀ ਟ੍ਰੇਕ ਤੇ ਤੇ ਉੱਥੇ ਫਿਰ ਪਹੁੰਚ ਕੇ ਤੇ ਜਣੇ ਲਾਈਵ ਹੋਏ ਹੁੰਦੇ ਸਾਨਾ ਤੇ ਵੀਡੀਓ ਬਣਾ ਬਣਾਸੀ ਉੱਥੇ ਪਹੁੰਚ ਆਏ ਆ ਉੱਥੇ ਮਬਸ਼ਰ ਸਾਹਿਬ ਦੀ ਡੇਰੀ ਹੈ ਨਾ ਮਸ਼ਰ ਸਾਹਿਬ ਪੈਂਡ ਦੀ ਜੰਗ ਜੀ ਸ਼ਹੀਦ ਹੋਏ ਨੇ ਜਿੱਥੇ ਤੁਸੀਂ ਅਪੜ ਗਿਓ ਬੜੇ ਤਬਰਕ ਵਾਲੀ ਥਾਂ ਹੈ ਖੁਦਾ ਦੇਓ ਬੰਦੇਓ ਕੁਝ ਅੱਲਾ ਦਾ ਖੌਫ ਕਰੋ ਤੁਹਾਡੀ ਆਪਣੀ ਇਨਸਲਟ ਕਰਾਣ ਵਿੱਚ ਤੁਹਾਡਾ ਆਪਣਾ ਕਰਦਾਰ ਹੈ ਸਭ ਨੂੰ ਆਪਣਾ ਤੁਸੀਂ ਉੱਥੇ ਲੈਣ ਚਣ ਕਰਾਂਗੇ ਤੁਸੀਂ ਆਪ ਆਪਣੀ ਮਿਹਨਤ ਕਰੋ ਤੇ ਆਪਣੀਆਂ ਜੋ ਕੁਝ ਵੀ ਕਰਨਾ ਜੇ ਉਹ ਕਰੋ ਉਹ ਇੰਜ ਕਰਦਾ ਵਾ ਲਾਉਣ ਲਿਆਦਾ ਗੱਲੇ ਵੇ ਕਿ ਤੁਹਾਨੂੰ ਉੱਥੇ ਜਾਣਾ ਹੀ ਨਹੀਂ ਚਾਹੀਦਾ ਪਹਿਲੇ ਨੰਬਰ ਤੇ ਜਿੰਨੇ ਵੀ ਜੀ ਤੁਸੀਂ ਉੱਥੇ ਗਏ ਤੇ ਹੁਣ ਉਹਨੇ ਜ਼ਿਆਤੀ ਬੰਦਿਆਂ ਨਾਲ ਇਹ ਵਾਸਤੇ ਕੀਤੀ ਹੈ ਕਿ ਘਰ ਲੋਕ ਪਿਆਰ ਮੁਹੱਬਤ ਨਾਲ ਤੇਰੇ ਕੋਲ ਆਉਂਦੇ ਨੇ ਤੇ ਤੂੰ ਕਮਸ ਕਮ ਉਹਨਾਂ ਦੀ ਗੱਲ ਤੇ ਸੁਣਨਾ ਜਾਂ ਉਹਨਾਂ ਨੂੰ ਮਿਲ ਤੇ ਸਹੀ ਅੱਬਲ ਜੇ ਤੂੰ ਐਡਾ ਚੰਗਾ ਹੋਵੇਂ ਤੇ ਤੈਨੂੰ ਚਾਹੀਦਾ ਹੈ ਕਿ ਹਰ ਬੰਦੇ ਦੀ ਮਦਦ ਕਰਨੀ ਜਿੰਨੇ ਜੋਗਾ ਤੂੰ ਐਵੇਂ ਠੀਕ ਹੈ ਲੇਕਿਨ ਤੂੰ ਅੱਗੋਂ ਇੰਨਾ ਕਿ ਚੌੜਾ ਹੋ ਗਏ ਆ ਤੂੰ ਰੇਖੀ ਬਣ ਗਏ ਹੁਣ ਇਹਦੇ ਅੰਗਲੇ ਦਿਨ ਪੋਲੇ ਰਿਕਾਰਡ ਨੇ ਇੱਕ ਵੀਡੀਓ ਚਾੜੀ ਅਸੀਂ ਅਸੀਂ ਸਲਾਮ ਪੇਸ਼ ਕਰਨੇ ਆ ਪੋਲੇ ਰਿਕਾਰਡ ਨੂੰ ਸਾਡਾ ਤਲਕ ਵੀ ਗੁਜਰਾਤ ਨਾਲੇ ਪੋਲਾ ਵੀ ਗੁਜਰਾਤ ਦਾ ਠੀਕ ਹੈ ਜੀ ਪੋਲੇ ਨੇ ਬੜੀ ਚੰਗੀ ਮੰਜੀ ਠੋਕੀ ਇਹਦੀ ਬਸ਼ਰ ਦੀ ਬਸ਼ਰ ਸਦੀਕ ਦੀ ਉਹਦੀ ਵੀਡੀਓ ਵੇਖਿਓ ਕਿਰੋਂ ਲੱਭ ਕੇ ਤੁਸੀਂ ਮੈਨੂੰ ਨੂੰ ਯਾਦ ਨਹੀਂ ਉਹ ਕਿਹੜੇ ਚੈਨਲ ਤੇ ਸੀ ਲੇਕਿਨ ਉਹ ਪੋਲੇ ਨੇ ਇਹਦੀ ਮੰਜੀ ਚੰਗੀ ਠੋਕੀ ਹੈ ਤੇ ਇਸ ਵਾਸਤੇ ਤੁਸੀਂ ਆਪਣੇ ਤੌਰ ਤੇ ਜੋ ਕੁਝ ਵੀ ਕਰ ਸਕਦੇ ਹੋ ਉਹ ਕਰਨੇ ਦੀ ਕੋਸ਼ਿਸ਼ ਕਰੋ ਤੇ ਉਹ ਕਰੋ ਕਿਉਂ ਆਵਾਜ਼ਾਂ ਲੋਕਾਂ ਪੜਿਆਂ ਦਾ ਸਹਾਰਾ ਤੁਸੀਂ ਲੈਂਦੇ ਹੋ ਤੇ ਤੁਸੀਂ ਜਾਣਦੇ ਤੁਸੀਂ ਇਸ ਵਾਸਤੇ ਰਿਓ ਕਿ ਸਾਡੇ ਚੈਨਲ ਨੂੰ ਪ੍ਰਮੋਟ ਕਰੇ ਦਾ ਇਹਦੇ ਚ ਕੋਈ ਹੋਰ ਇੰਨਾ ਪਿੰਡਾ ਕਰਕੇ ਕਿਹੜਾ ਬੰਦਾ ਜਾਂਦਾ ਉਥੇ ਲਾ ਮਾਫੀ ਦੇ ਕੋ दत्ता ਸਾਹਿਬ ਦਾ ਦਰਬਾਰ ਸੀ ਜਿੱਥੇ ਤੁਸੀਂ ਚਲੇ ਸੋ दत्ता ਸਾਹਿਬ ਤੇ ਲਾਹੌਰੇ ਪਰ ਉਥੇ ਸਲਾਮ ਕਰਨਾ ਸੀ ਤੁਸੀਂ ਉਹਦੀਆਂ ਚੁੱਲਾਂ ਤੇ ਜਾਂਦੇ ਰਹੇ ਉਹ ਜਿੱਥੇ ਉਹਨੇ ਚੁੱਲ ਬਣਾਈ ਉਥੇ ਬੰਨਿਆ ਤੇ ਡਿੱਗਦੇ ਫਿਰਦੇ ਮੈਂ ਕਈ ਵੇਖੇ ਨੇ ਵੀਡੀਓ ਬਣਾਉਂਦੇ ਬੰਨਿਆ ਤੇ ਡਿੱਗਦੇ ਤੇ ਹੁਣ ਹੁਣ ਤੁਸੀਂ ਚਿਕਨ ਚਾਕਣ ਲੱਗੇ ਹੋ ਆਪਣੀ ਹੋਰ ਬਿਜ਼ਤੀ पे ਕਰਦੇ ਹੋ ਦੁਨੀਆ ਨੂੰ ਵੀ ਦੱਸਦੇ ਹੋ ਇਸ ਵਾਸਤੇ ਪਹਿਲਾਂ ਆਪਣੀ ਗਲਤੀ ਤਸلیم ਕਰੋ ਉਸ ਤੋਂ ਬਾਅਦ ਉਹਦੀ ਤੇ ਜਿੰਨੀ ਛੇਤਰੋਲ ਹੋ ਸਕੇ ਕਰਨੀ ਚਾਹੀਦੀ ਹੈ ਜਿੰਨੀ ਵੀ ਹੋ ਸਕੇ ਉਨੇ ਬੰਦਿਆਂ ਦੀ ਇਨਸਲਟ ਕੀਤੀ ਏ ਠੀਕ ਹੈ ਜੀ ਉਹਨੇ ਮਿਸ ਬਿਹੇਵ ਕੀਤਾ ਲੋਕਾਂ ਦੇ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਅਗਰ ਬੰਦੇ ਕੋਲ ਥੋੜਾ ਬਾਲਾ ਫੇਮ ਹੋਵੇ ਤੇ ਉਸ ਬੰਦੇ ਨੂੰ ਤਾਂ ਸੋਰ ਹੋਰ ਹਲੀਮੀ ਦੇ ਨਾਲ ਮਿਲਣਾ ਚਾਹੀਦਾ ਲੋਕਾਂ ਨੂੰ ਜਿਹੜੇ ਉਹਦੇ ਕੋਲ ਆਉਣ ਜਾਂ ਉਹ ਲੋਕਾਂ ਨੂੰ ਪਿਆਰ ਦੇਣਾ ਚਾਹੀਦਾ ਤਾਂ ਲੇਕਿਨ ਉਹ ਤੇ ਇੱਕ ਮੇਰੇ ਤੇ ਹਾਲ ਮੈਂ ਕਿਹੜਾ ਲਫ਼ਜ਼ ਉਹ ਦੁਬਾਰਾ ਇਸਤੇਮਾਲ ਕਰਾਂ ਕਮੀਨਗੀ ਕੀਤੀ ਏ ਉਹਨੇ ਠੀਕ ਹੈ ਜੀ ਕਿ ਜਿਹਨੇ ਲੋਕਾਂ ਨਾਲ ਐਨਿਮਸ ਬਿਹੇਵ ਕੀਤਾ ਲੇਕਿਨ ਇਹਦੇ ਤੁਹਾਡਾ ਕਸੂਰ ਆਪਣਾ ਵੀ ਆਵੇ ਇਸ ਚੀਜ਼ ਨੂੰ ਵੀ ਮੰਨੋ ਇਹ ਆਉਣ ਵਾਲੇ ਵਕਤ ਵਾਸਤੇ ਤੁਹਾਡੇ ਵਾਸਤੇ ਮੱਤ ਤੇ ਇਹ ਮੱਤ ਲਓ ਤੁਸੀਂ ਆਉਣ ਵਾਲੇ ਵਕਤ ਵਾਸਤੇ ਕਿ ਇੰਜ ਨਹੀਂ ਕਰਨਾ ਠੀਕ ਹੈ ਆਪਣੇ ਬਲ ਬੁੱਤੇ ਤੇ ਕਰੋ ਕਿਸੇ ਦਾ ਸਾਰਾ ਕਿਉਂ ਲੈਂਦੇ ਹੋ ਉਹ ਆਪਣੇ ਘਰ ਹੈ ਉਹ ਆਪਣਾ ਟੁੱਕਰ ਪਿਆ ਕਮੰਦਾ ਤੁਸੀਂ ਆਪਣਾ ਕਮਾਓ ਤੁਸੀਂ ਆਪਣੇ ਘਰੋਂ ਖਾਣਾ ਉਹਨੇ ਨਹੀਂ ਤੁਹਾਨੂੰ ਦੇਣਾ ਨਹੀਂ ਤੁਸੀਂ ਉੱਥੋਂ ਜਾ ਕੇ ਉਹਦੇ ਕੋਲ ਲੈ ਕੇ ਆਉਣਾ ਤੇ ਉਹ ਤੁਹਾਨੂੰ ਦੇਗਾ ਇਸ ਵਾਸਤੇ ਆਪਣਾ ਕਸੂਰ ਵੀ ਮੰਨੋ ਤੇ ਆਪਣੀ ਸਲਾਹ ਵੀ ਕਰੋ ਤੁ ਫਿਰ ਜਿਹੜੀ ਵਿੱਚ ਛੋਟੀ ਛੋਟੀ ਗਲਤ ਬਿਆਨੀ ਹੈ ਉਹ ਕਮਜ਼ ਕਮ ਨਾ ਕਰੋ ਉਹਦੇ ਨਾਲ ਫਿਰ ਜ਼ਿਆਤੀ ਸ਼ੋ ਹੁੰਦੀ ਹੈ ਫਿਰ ਉਹਨੇ ਜਿਹੜੀ ਜ਼ਿਆਤੀ ਤੁਹਾਡੇ ਨਾਲ ਕੀਤੀ ਹੈ ਨਾ ਉਹਦੇ ਉੱਤੇ ਵੀ ਲੋਕ ਫਿਰ ਨਾ ਹਮਦਰਦੀ ਵਖਾਉਂਦੇ ਨੇ ਯਾਰ ਕਿ ਵਾਕੀ ਹੋ ਰਹੀ ਇਹਨੇ ਨਹੀਂ ਕੀਤੀ ਇਹ ਲੋਕ ਹੀ ਜ਼ਿਆਤੀ ਕਰਦੇ ਨੇ ਜਿਹਾ ਤੁਸੀਂ ਆਂਦੇ ਹੋ ਜੀ ਉਹਨੇ ਸਾਨੂੰ ਧਮਕੀਆਂ ਦਵਾਈਆਂ ਨੇ ਕਈਆਂ ਬੰਦਿਆਂ ਵੇਖਿਆ ਜੀ ਉਹ ਮੈਂ ਉਹਨਾਂ ਦੀ ਥੰਬਨੇਲ ਵੀ ਆਪਣਾ ਥੰਬਨੇਲ ਵੇਖੇ ਨੇ ਇਹਨਾਂ ਦੇ ਵੀਡੀਓਜ਼ ਦੇ ਲੱਗੇ ਕਿ ਉਹ ਜੀ ਐਸਰਾ ਜੀ ਤੋਂ ਕਈਆਂ ਨੇ ਆਖਿਆ ਜੀ ਉਹ ਤਾਂ ਦੀ ਭੈਣ ਦਾ ਵੀ YouTube ਚੈਨਲ ਹੈ ਉਹ ਤਾਂ ਸਟ੍ਰੀਚਿੰਗ ਦਾ ਚੈਨਲ ਹੈ ਮੈਂ ਜਿੱਥੇ ਤਾਂ ਰਿਸਰਚ ਕੀਤੀ ਹੈ ਤੇ ਇਹ ਕੋ ਮਾੜੀ ਗੱਲ ਤਾਂ ਨਹੀਂ ਇਸ ਚੀਜ਼ ਤੇ ਨਹੀਂ ਤੁਸੀਂ تنਕੀਦ ਕਰ ਸਕਦੇ ਹਾਂ ਉਹਨੇ ਜਿਹੜਾ ਰਵਈਆ ਅਪਣਾਇਆ ਉਹਦੇ ਉੱਤੇ تنਕੀਦ ਜ਼ਰੂਰ ਕਰੋ ਉਹਦੀ ਚਤਰੋਲ ਵੀ ਕਰੋ ਤੇ ਇੱਕ ਹੋਰ ਵੀ ਗੱਲ ਹੈ ਉਹ ਬਹੁਤ ਵੱਡਾ ਰੰਗਬਾਜ਼ ਹੈ ਮੈਂ ਉਹਦੀ ਇੱਕ ਦੋ ਵੀਡੀਓ ਫਿਰ ਵੇਖੀ ਹੈ ਮੈਂ ਰਿਸਰਚ ਕਰਨੇ ਵਾਸਤੇ ਕਿ ਬੰਦਾ ਕੀ ਕਰਦਾ ਹੈ ਬਹੁਤ ਵੱਡਾ ਉਹ ਰੰਗਬਾਜ਼ ਹੈ ਉਹਦੀ ਮੈਂ ਇੱਕ ਵੀਡੀਓ ਜਿਹੜੀ ਵੇਖੀ ਉਹਦੇ ਵਿੱਚ ਉਹ ਜਾਂਦਾ ਹੈ ਕੋਈ ਕਦੇ ਉਹਨਾਂ ਦੇ ਕਹਾਣਾਂਾਂ 'ਚ ਕੋਈ ਸ਼ਾਦੀ ਏ ਕਦੇ ਉਹ ਬੁੱਕਰਾਨ ਮਾਰਕੀ ਜਾ ਰਿਹਾ ਹੈ ਤੇ ਕਦੇ ਉਹ ਫਰਨੀਚਰ ਵਾਸਤੇ ਜਾ ਰਿਹਾ ਹੈ ਤੇ ਉਹ ਇੰਨੀ ਇੱਕ ਵਾਰੀ ਮੇਰਾ ਹਲੇ ਰੰਗਬਾਜ਼ ਬੰਦਾ ਏ ਏਡੀ ਵਾਰੀ ਲਫ਼ਜ਼ੇ ਇਸਤੇਮਾਲ ਕਰ ਸਕਦਾ ਹੈ ਅੱਲਾ ਮਾਫੀ ਦੇ ਉਂ ਹੀ ਤੇ ਬੰਦਾ ਦਲੇ ਵਿੱਚ ਹੀ ਚਲੋ ਪਿਆ ਪੜੇ ਅਲਹਮਦੁਲਿਲਾ ਪੜਨਾ ਚਾਹੀਦਾ ਲੇਕਿਨ ਉਹ ਇੰਨੀ ਇੱਕ ਵਾਰੀ ਪਿਆ ਪੜਦਾ ਸੀ ਕਿ ਸਾਫ਼ ਨਜ਼ਰ ਪਿਆ ਹੁੰਦਾ ਸੀ ਕਿ ਬੰਦਾ ਰੰਗਬਾਜ਼ੀ ਪੇ ਕਰਦਾ ਹੈ ਅੱਲਾ ਮਾਫੀ ਦੇ ਅੱਲਾ ਮਾਫੀ ਦੇ ਕਿ ਉਹ ਸਰਕਾਰ ਮੇਰੀ ਉਹ ਆਪਣੇ ਸਸਾਰੇ ਕੋਲ ਨੂੰ ਅਲਹਮਦੁਲਿਲਾ ਦੇ ਪਿੱਛੇ ਪਿਛ ਪਾਂਦਾ ਸੀ ਠੀਕ ਹੈ ਇੰਨੀ ਇੱਕ ਵਾਰੀ ਉਹਨੇ ਅਲਹਮਦੁਲਿਲਾ ਪਾੜ ਛੜਿਆ ਵੀ ਉਹਨੇ ਕੁਰਸੀ ਵੇਖੀ ਤਾਂ ਵੀ ਅਲਹਮਦੁਲਿਲਾ ਉਹਨੇ ਮੇਜ਼ ਵੇਖਿਆ ਤਾਂ ਵੀ ਅਲਹਮਦੁਲਿਲਾ ਉਹਨੇ ਕੋਈ ਹੋਰ ਕੁਸ਼ਾ ਵੇਖੀ ਤਾਂ ਵੀ ਅਲਹਮਦੁਲਿਲਾ ਗੱਡੀ 'ਚ ਬੈਠਿਆ ਵੀ ਇੰਜ ਹੀ ਅਲਹਮਦੁਲਿਲਾ ਅੱਛੀ ਬਾਤ ਹੈ ਅਲਹਮਦੁਲਿਲਾ ਦਾ ਜ਼ਿਕਰ ਕਰਨਾ ਚਾਹੀਦਾ ਲੇਕਿਨ ਦਿਲ 'ਚ ਕਰਨਾ ਚਾਹੀਦਾ ਨਾ ਉਹਦਾ ਵਹਾਲਾ ਤਾਂ ਨਹੀਂ ਕਰਨਾ ਚਾਹੀਦਾ ਕਿ ਜਿਸ ਤਰ੍ਹਾਂ ਉਹ ਪਿਆ ਕਰਦਾ ਸੀ ਉਹ ਵਾਕਈ ਇੱਕ ਰੰਗ ਬਾਜ਼ ਹੈ ਬਹੁਤ ਵੱਡਾ ਡਰਾਮੇ ਬਾਜ਼ ਹੈ ਹੁਣ ਲੇਕਿਨ ਉਹਨੂੰ ਡਰਾਮੇ ਬਾ ਠੀਕ ਹੈ ਤੇ ਹੁਣ ਚੀਕਦੇ ਵੀ ਤੁਸੀਂ ਆਪ ਹੀ ਹੋਵੇ ਇਸ ਵਾਸਤੇ ਮੇਰੀ ਅਸਤਾਦਾਏ ਤੁਹਾਡੇ ਸਾਰੇ ਲੋਕਾਂ ਗੇ ਕਿ ਜਿਹੜੇ ਉਹਦੇ ਉਹਦੇ ਕੋਲ ਗਏ ਹੋ ਤੇ ਉਹਨੇ ਅਗੋਂ ਤੁਹਾਡੇ ਲੋਕਾਂ ਨਾਲ ਅਛਾ ਤਾਵਨ ਨਹੀਂ ਕੀਤਾ ਉਹ ਬਰਾਏ ਮਿਹਰਬਾਨੀ ਕਰਕੇ ਆਪਣੀ ਬਿਜ਼ਤੀ ਨਾ ਕਰੋ ਨਾ ਇੰਜ ਕਰੋ ਠੀਕ ਹੈ ਹਾਂ ਉਹ ਜੋ ਦੀ ਛੇਤਰੋਲ ਜੀ ਨਹੀਂ ਹੋ ਸਕਦੀ ਜੇ ਵੀਡੀਓਜ਼ ਬਣਾ ਕੇ ਕਰੋ ਸ਼ੇਅਰ ਕਰੋ ਖੂਬ ਛੇਤਰੋਲ ਕਰੋ ਉਹਦੀ ਠੀਕ ਹੈ ਜੀ ਐਹੀ ਛੋਟੀ ਜੀ ਇੱਕ ਵੀਡੀਓ ਸੀ ਮੈਂ ਕਿ ਚਲੋ ਕੁ ਦੋ ਚਾਰ ਗੱਲਾਂ ਸਨ ਜਿਹੜੀਆਂ ਤੁਹਾਡੇ ਨਾਲ ਫੇਰ ਸ਼ੇਅਰ ਕਰੀਏ ਤਾਂ ਫੇਰ ਅਗੋਂ ਕੋ ਗੱਲ आई जेन ਵਿੱਚ ਜਾਂ ਕੋ ਉਹਦੀ ਗੱਲ ਕੋ ਨਜ਼ਰ ਆਈ ਤਾਂ ਫਿਰ ਇਨਸ਼ਾਅੱਲਾ ਜ਼ਰੂਰ ਤੁਹਾਡੇ ਨਾਲ ਵੀਡੀਓਜ਼ ਦਵੇ ਸ਼ੇਅਰ ਕਰਾਂਗਾ ਬਹੁਤ ਸ਼ੁਕਰੀਆ ਅੱਲਾ ਦੇ ਵਾਲੇ